ਸ੍ਰੀਕਾਲ ਇੱਕ ਬਾਣੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਦਰਸ਼ਕੋ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਤੁਹਾਡੇ ਰੂਬਰੂ ਕਰਵਾਉਣ ਲੱਗੇ ਹਾਂ ਜਿਨ੍ਹਾਂ ਦਾ ਅਕਸਰ ਤੁਸੀਂ ਸ਼ਬਦ ਇੱਕ ਬਾਣੀ ਦੇ ਉੱਤੇ ਸੁਣਦੇ ਹੋ ਇੱਕ ਬਾਣੀ ਚੈਨਲ ਦੇ ਉੱਤੇ ਸੁਣਦੇ ਹੋ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਬਹੁਤ ਹੀ ਸੁਰੀਲੀ ਅਤੇ ਮਿੱਠੀ ਆਵਾਜ਼ ਦੇ ਅੰਦਰ ਇਹਨਾਂ ਬੱਚਿਆਂ ਨੇ ਉਸ ਸ਼ਬਦ ਦਾ ਗਾਇਨ ਕੀਤਾ ਅਤੇ ਆਓ ਮਿਲਵਾਉਂਦੇ ਹਾਂ ਤੁਹਾਨੂੰ ਉਹਨਾਂ ਬੱਚਿਆਂ ਦੇ ਨਾਲ ਅਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਅੰਦਰ ਅਤੇ ਤੁਸੀਂ ਇੱਧਰੋਂ ਮੈਨੂੰ ਆਪਣੇ ਨਾਮ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਵੀ ਜੀ ਮੇਰਾ ਨਾਮ ਜਸਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਮੀਤ ਕੌਰ ਮੇਰਾ ਨਾਮ ਮਨਪ੍ਰੀਤ ਕੌਰ ਮੇਰਾ ਨਾਮ ਗੁਰਸ਼ਰਨ ਕੌਰ ਜੀ ਇਹਨਾਂ ਬੱਚਿਆਂ ਨੇ ਹੁਣ ਆਪਣੇ ਨਾਮ ਤੁਹਾਨੂੰ ਦੱਸੇ ਨੇ ਅਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨਾਲ ਸੰਬੰਧਿਤ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਅੱਜ ਦੇ ਇਸ ਯੁੱਗ ਦੇ ਅੰਦਰ ਅਸੀਂ ਅਕਸਰ ਗੱਲਾਂ ਕਰਦੇ ਹਾਂ ਕਿ ਬੱਚੇ ਆ ਜਿਹੜੇ ਸਾਡੇ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ ਸਾਡੀ ਸਿੱਖੀ ਨੂੰ ਵਿਸਾਰਦੇ ਜਾ ਰਹੇ ਨੇ ਪਰ ਇਹ ਬੱਚੀਆਂ ਇੱਕ ਉਦਾਹਰਣ ਪੇਸ਼ ਕਰਦੀਆਂ ਨੇ ਇਹਨਾਂ ਨੇ ਆਪਣੇ ਜਿਹੜੇ ਦੁਨਿਆਵੀ ਇਹਨਾਂ ਦੇ ਜੋ ਪੜ੍ਹਾਈ ਲਿਖਾਈ ਜੋ ਵੀ ਇਹਨਾਂ ਦੇ ਕੰਮਕਾਰ ਨੇ ਰੋਜ਼ਾਨਾ ਜ਼ਿੰਦਗੀ ਦੇ ਉਹਨਾਂ ਨੂੰ ਵੀ ਨਹੀਂ ਕਿਤੇ ਵੀ ਪਿੱਛੇ ਛੱਡਿਆ ਲੇਕਿਨ ਇਹਨਾਂ ਨੇ ਆਪਣੀ ਸਿੱਖੀ ਦੇ ਵਿਰਸੇ ਨੂੰ ਵੀ ਬਾਖੂਬੀ ਸੰਭਾਲ ਕੇ ਰੱਖਿਆ ਤਾਂ ਜਸਪ੍ਰੀਤ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਾਂਗੀ ਕਿ ਆਪਾਂ ਅਕਸਰ ਦੇਖਦੇ ਹਾਂ ਨਾ ਕਿ ਬੱਚਿਆਂ ਦਾ ਇੱਕ ਹੀ ਬਹਾਨਾ ਹੁੰਦਾ ਜਾਂ ਆਪਣਾ ਵਿਰਸਾ ਜਿਹੜਾ ਭੁੱਲਦਾ ਵੀ ਜਾ ਰਿਹਾ ਇੰਨੇ ਬੱਚੇ ਸਾਡੀ ਜਿਹੜੀ ਹੁਣ ਦੀ ਪੀੜ੍ਹੀ ਆ ਪਰ ਬਹਾਨਾ ਇਹ ਹੁੰਦਾ ਕਿ ਸਾਡਾ ਜਿਹੜਾ ਪੜ੍ਹਾਈ ਵੱਲ ਬੱਚੇ ਦਾ ਬਹੁਤਾ ਧਿਆਨ ਹੈ ਕਿਵੇਂ ਤੁਸੀਂ ਵੀ ਤਾਂ ਮੈਨੇਜ ਕਰਦੇ ਹੀ ਹੋਵੋਗੇ ਕਿ ਪੜ੍ਹਾਈ ਵੀ ਨਾਲ ਕਰ ਰਹੇ ਹੋ ਆਪਣੇ ਵਿਰਸੇ ਨੂੰ ਆਪਣੀ ਸਿੱਖੀ ਨੂੰ ਵੀ ਨਾਲ ਸਾਂਭ ਕੇ ਰੱਖਿਆ ਹੋਇਆ ਕਿੱਦਾਂ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਇਸ ਚੀਜ਼ ਦਾ ਮੇਨ ਰੀਜ਼ਨ ਇਹ ਹੈਗਾ ਕਿ ਸਾਡੇ ਘਰ ਦਾ ਮਾਹੌਲ ਸਟਾਰਟਿੰਗ ਤੋਂ ਹੀ ਇੱਦਾਂ ਦਾ ਰਿਹਾ ਸਾਡੇ ਦਾਦਾ ਜੀ ਰਾਗੀ ਸੀਗੇ ਉਹਨਾਂ ਨੇ ਮੈਨੂੰ ਸਿਖਾਇਆ ਅਤੇ ਘਰ ਦੀ ਸਭ ਤੋਂ ਵੱਡੇ ਮੈਂ ਹੀ ਸੀਗੀ ਅਤੇ ਇਸ ਕਰਕੇ ਉਹਨਾਂ ਨੇ ਮੈਨੂੰ ਇਸ ਚੀਜ਼ ਦੀ ਸਿੱਖਿਆ ਦਿੱਤੀ ਉਹਨਾਂ ਨੇ ਮੈਨੂੰ ਗੁੜਤੀ ਦਿੱਤੀ ਕਹਿ ਸਕਦੇ ਹਾਂ ਅਤੇ ਮੈਨੂੰ ਇੰਟਰਸਟ ਵੀ ਸੀਗਾ ਸਟਾਰਟਿੰਗ ਤੋਂ ਹੀ ਛੋਟੇ ਹੁੰਦੇ ਤੋਂ ਹੀ ਅਤੇ ਇਸ ਕਰਕੇ ਮਤਲਬ ਕਿ ਅਸੀਂ ਪੜ੍ਹਾਈ ਵੀ ਨਾਲ ਨਾਲ ਅਤੇ ਕੀਰਤਨ ਵੀ ਨਾਲ ਨਾਲ ਅਤੇ ਆਪਣਾ ਵਿਰਸਾ ਵੀ ਨਾਲ ਨਾਲ ਚਲਾ ਰਹੇ ਹਾਂ ਬਿਲਕੁਲ ਸਾਂਭ ਕੇ ਰੱਖਿਆ ਹੋਇਆ ਵਾ ਅਤੇ ਜਿੱਦਾਂ ਤੁਸੀਂ ਕਿੱਦਾਂ ਸਟੱਡੀ ਦੀ ਅਗਰ ਗੱਲ ਕਰੀਏ ਪੜ੍ਹਾਈ ਦੀ ਗੱਲ ਕਰੀਏ ਤੁਸੀਂ ਆਪਸ 'ਚ ਤੁਸੀਂ ਚਾਰੋਂ ਭੈਣਾਂ ਹੋ ਹੈ ਨਾ ਇੱਕ ਹੀ ਤੁਹਾਡੀ ਜਿਹੜੀ ਫੈਮਿਲੀ ਦੇ ਅੰਦਰ ਤੁਹਾਨੂੰ ਤੁਸੀਂ ਕਿਹਾ ਕਿ ਸਾਨੂੰ ਗੁੜਤੀ ਮਿਲੀ ਹੋਈ ਆ ਇਹ ਵਿਰਸਾ ਜਿਹੜਾ ਤੁਹਾਨੂੰ ਸਾਂਭ ਕੇ ਰੱਖਣ ਦੀ ਗੁੜਤੀ ਮਿਲੀ ਹੋਈ ਆ ਚਾਹੇ ਤੁਸੀਂ ਆਪਣੇ ਦਾਦਾ ਜੀ ਤੋਂ ਕਹਿ ਲਓ ਦਾਦਾ ਜੀ ਨੇ ਤੁਹਾਨੂੰ ਗੁੜਤੀ ਦਿੱਤੀ ਲੇਕਿਨ ਤੁਹਾਡੇ ਪੇਰੈਂਟਸ ਨੇ ਅੱਗੇ ਤੁਹਾਡੇ ਮਾਪਿਆਂ ਨੇ ਅੱਗੇ ਇਹਨੂੰ ਬਰਕਰਾਰ ਰੱਖਿਆ ਤੁਹਾਡੀ ਜਿਹੜੀ ਨੀਂਹ ਆ ਉਹ ਕਿੱਦਾਂ ਮਜ਼ਬੂਤ ਕਰਕੇ ਜਿਹੜੀ ਰੱਖੀ ਹੋਈ ਆ ਕਿ ਤੁਸੀਂ ਆਪਣੇ ਵਿਰਸੇ ਤੋਂ ਡੋਲੇ ਨਹੀਂ ਹੈਗੇ ਤਾਂ ਇੱਕ ਗੱਲ ਦੱਸੋ ਕਿ ਤੁਸੀਂ ਪਾਠ ਦੇ ਨਾਲ ਨਾਲ ਕੀਰਤਨ ਦੇ ਨਾਲ ਨਾਲ ਗੱਤਕੇ ਦੇ ਵਿੱਚ ਵੀ ਆਪਦਾ ਪੂਰਾ ਜਿਹੜਾ ਇੰਟਰਸਟ ਵਿਖਾਉਂਦੇ ਹੋ ਗੱਤਕੇ ਦੇ ਜ਼ੋਹਰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿੱਦਾਂ ਤੁਹਾਨੂੰ ਗੱਤਕੇ ਦਾ ਇਹ ਸਿਖਲਾਈ ਕਿੱਥੋਂ ਲੈਂਦੇ ਹੋ ਅਤੇ ਕਿੱਦਾਂ ਤੁਹਾਨੂੰ ਲੱਗਿਆ ਕਿ ਸਾਨੂੰ ਵੀ ਗੱਤਕਾ ਸਿੱਖਣਾ ਚਾਹੀਦਾ ਅਸੀਂ ਪਾਪਾ ਤੋਂ ਸਿੱਖਿਆ ਗੱਤਕਾ ਔਰ ਸ਼ੁਰੂ ਤੋਂ ਹੀ ਜਦੋਂ ਦੀਦੀ 5 ਸਾਲ ਦੀ ਸੀ ਉਸਨੇ ਸਿੱਖਿਆ ਅਤੇ ਅੱਗੇ ਸਾਨੂੰ ਸਿਖਾਇਆ ਜੀ ਬਿਲਕੁਲ ਮਤਲਬ ਤੁਹਾਡੀ ਦੀਦੀ ਬਹੁਤ ਵਧੀਆ ਰੋਲ ਨਿਭਾ ਰਹੇ ਨੇ ਕਿ ਅਗਰ ਜਿੱਦਾਂ ਮੇਰੀਆਂ ਛੋਟੀਆਂ ਭੈਣਾਂ ਨੇ ਅਤੇ ਉਹਨਾਂ ਨੂੰ ਵੀ ਮੈਂ ਨਾਲ ਲੈ ਕੇ ਚੱਲਾਂ ਕਿ ਬਹੁਤ ਵਧੀਆ ਗੱਲ ਆ ਇੱਕ ਭੈਣ ਹੋਣ ਦਾ ਬਹੁਤ ਵਧੀਆ ਫਰਜ਼ ਆ ਜਿਹੜਾ ਤੁਸੀਂ ਨਿਭਾ ਰਹੇ ਹੋ ਅਤੇ ਗੱਲ ਕਰੀਏ ਜੇਕਰ ਅਸੀਂ ਤੁਹਾਡੇ ਹੋਰ ਵੀ ਕਈ ਹੁੰਦੇ ਹੋਣੇ ਜਿਵੇਂ ਬੱਚਿਆਂ ਦੇ ਨਾਲ ਨਾਲ ਵੱਖਰੇ ਵੱਖਰੇ ਸ਼ੌਂਕ ਹੁੰਦੇ ਆ ਕਿ ਸਾਨੂੰ ਇਹ ਵੀ ਕਰਨਾ ਚਾਹੀਦਾ ਮੈਂ ਜ਼ਿੰਦਗੀ ਵਿੱਚ ਇਹ ਵੀ ਬਣਨਾ ਤੁਹਾਡੇ ਵੀ ਕੋਈ ਸ਼ੌਂਕ ਹੈ ਹਾਂਜੀ ਬਿਲਕੁਲ ਹੈਗੇ ਸਪੋਰਟਸ 'ਚ ਮੇਰਾ ਬੜਾ ਇੰਟਰਸਟ ਹੈਗਾ ਲੇਕਿਨ ਉਹਦੇ ਨਾਲ ਨਾਲ ਹੀ ਜੋ ਜੱਸੀ ਦੀ ਹੈਗੇ ਉਹਨਾਂ ਨੂੰ ਕੀਰਤਨ ਵਿੱਚ ਇੰਟਰਸਟ ਹੈ ਅਤੇ ਉਹਨਾਂ ਨੇ ਮੈਨੂੰ ਵੀ ਬਹੁਤ ਕੁਝ ਸਿਖਾਇਆ ਜਿਹਦੇ ਨਾਲ ਮੈਨੂੰ ਕੀਰਤਨ ਵਿੱਚ ਬਹੁਤ ਇੰਟਰਸਟ ਬਣਿਆ ਅਤੇ ਅਸੀਂ ਸਾਰੇ ਉਸ ਪਾਸੇ ਵੀ ਲੱਗੇ ਅੱਛਾ ਕੋਈ ਤੁਸੀਂ ਮੈਨੂੰ ਸਾਡੇ ਦਰਸ਼ਕਾਂ ਨੂੰ ਵੀ ਕੁਝ ਗਾ ਕੇ ਸਾਂਝਾ ਕਰੋ ਸਾਡੇ ਦਰਸ਼ਕਾਂ ਦੇ ਨਾਲ ਜੀ ਇੱਕ ਧਾਰਮਿਕ ਗੀਤ ਜੀ ਵੇਲਾਇਆ ਗਿਆ ਏ ਦਾਦੀ ਜੁਦਾਈ ਦਾ ਅਸਾਂ ਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵੀ ਚਲੇ ਨਿਰਦਈਆਂ ਨੇ
खंड जावा मिलाया गया है दादी तो जुदाई ना तो साज मुड़ के आना नहीं तेनू दसी की वे की होना है तेरी अखियां नु असीर होना नहीं तेरी अखियां नु असीर होना नहीं। बहुत ही सोना ते मिठी आवाज दे विच तुसी गाया। ਅਤੇ ਜਿੱਦਾਂ ਅਕਸਰ ਆਪਾਂ ਦੇਖਦੇ ਹਾਂ ਕਿ ਮਾਪੇ ਇੱਦਾਂ ਕਰਦੇ ਨੇ ਕਿ ਬੱਚਿਆਂ ਨੂੰ ਅਗਰ ਅਸੀਂ ਪਾਠ ਕਰਨ ਨੂੰ ਵੀ ਕਹਿਣਾ ਹੋਵੇ ਜਾਂ ਗੁਰਦੁਆਰਾ ਸਾਹਿਬ ਜਾਣ ਨੂੰ ਵੀ ਗੱਲ ਕਰਦੇ ਕਿਤੇ ਨਾ ਕਿਤੇ ਲਾਲਚ ਵੀ ਦਿੱਤਾ ਜਾਂਦਾ ਬੱਚੇ ਨੂੰ ਕਿ ਤੁਸੀਂ ਇੱਦਾਂ ਪਾਠ ਕਰੋਗੇ ਸਵੇਰੇ ਉੱਠ ਕੇ ਤਾਂ ਤੁਹਾਨੂੰ ਅਸੀਂ ਇਹ ਲੈ ਕੇ ਦੇਵਾਂਗੇ ਅਗਾਂਹ ਇਹ ਕੀਤਾ ਜਾਵੇਗਾ। ਐਸਾ ਕਦੀ ਤੁਹਾਡੇ 'ਤੇ ਆਇਆ ਵੇਲਾ ਵੀ ਕਿ ਇੱਦਾਂ ਹੀ ਪੂਰਾ ਪਤਾ ਹੁੰਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਵੀ ਕਰਨਾ ਸੀ ਕੀਰਤਨ ਵੀ ਕਰਨਾ ਹੈਗਾ? ਜੀ ਸਾਡੇ ਘਰ ਜਿੱਦਾਂ ਦਾਦੀ ਜੀ ਸ਼ੁਰੂ ਤੋਂ ਅੰਮ੍ਰਿਤ ਵੇਲੇ ਦਾਦਾ ਜੀ ਦਾਦੀ ਜੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਅੰਮ੍ਰਿਤ ਵੇਲੇ ਉੱਠਣਾ ਫਿਰ ਪਾਠ ਕਰਨਾ। ਸਾਨੂੰ ਐਸਾ ਕੋਈ ਲਾਲਚ ਵਾਲਾ ਕੋਈ ਨਹੀਂ ਹੋਇਆ ਕਦੇ ਕਿ ਸਾਨੂੰ ਲਾਲਚ ਦਿੱਤਾ ਹੋਇਆ ਨਹੀਂ। ਸਾਨੂੰ ਆਪੇ ਹੀ ਸੀਗਾ ਕਿ ਉੱਠਣਾ ਪਾਠ ਕਰਨਾ ਸ਼ਾਮੀ ਗੁਰਦੁਆਰੇ ਜਾਣਾ ਉੱਥੇ ਸੇਵਾ ਵੀ ਕਰਨੀ ਫਿਰ ਪਾਠ ਕਰਨਾ ਕੀਰਤਨ ਕਰਨਾ। ਜੀ ਬਿਲਕੁਲ। ਅਤੇ ਜਿੱਦਾਂ ਮੈਂ ਤੁਸੀਂ ਮਾਸਟਰਸ ਆ ਜਿਹੜੀ ਐੱਮ ਏ ਪੰਜਾਬੀ 'ਚ ਵੀ ਕੀਤੀ ਆ, ਕੋਈ ਬਹੁਤ ਵਧੀਆ ਵਧਾਈ ਦੇ ਪਾਤਰ ਹੋ ਤੁਸੀਂ ਜਿਹੜਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਤੁਸੀਂ ਬਹੁਤ ਪਹਿਲ ਦੇ ਆਧਾਰ 'ਤੇ ਰੱਖਿਆ ਹੋਇਆ, ਕਿਸੇ ਹੋਰ ਭਾਸ਼ਾ 'ਚ ਵੀ ਕਰ ਸਕਦੇ ਸੀ, ਪੰਜਾਬੀ ਭਾਸ਼ਾ ਨੂੰ ਤੁਸੀਂ ਕਿਉਂ ਚੁਣਿਆ? ਜੀ ਅਸੀਂ ਅੱਜ ਦੇ ਦੌਰ ਦੇ ਵਿੱਚ ਦੇਖ ਰਹੇ ਹਾਂ ਜਿਵੇਂ ਕਿ ਪੰਜਾਬੀ ਪੰਜਾਬੀ ਹੀ ਪੰਜਾਬੀ ਨੂੰ ਵਿਸਰਦੇ ਜਾ ਰਹੇ ਆ। ਅਤੇ ਜੰਮੂ ਦੇ ਵਿੱਚ ਵੀ ਵੇਖਿਆ ਜਾਂਦਾ ਕਿ ਲੋਕ ਪੰਜਾਬੀ ਇੰਨੀ ਨਹੀਂ ਆਪਣੇ ਬੱਚਿਆਂ ਨੂੰ ਪ੍ਰੈਫਰ ਕਰਦੇ ਸਿਖਾਉਣੀ। ਅਤੇ ਮੈਂ ਤਾਂ ਦਿੱਲੀ ਦੀ ਹੈਗੀ ਹਾਂ ਲੇਕਿਨ ਫਿਰ ਵੀ ਮੈਂ ਪੰਜਾਬੀ ਨੂੰ ਹੀ ਪਹਿਲਾ ਮਤਲਬ ਦਿੱਤਾ ਪੋਜੀਸ਼ਨ। ਕਿਉਂ? ਕਿਉਂਕਿ ਆਪਣੀ ਅੱਜ ਸਾਡੀ ਆਪਣੀ ਭਾਸ਼ਾ ਹੈਗੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਵਿਸਾਰਨੀ ਚਾਹੀਦੀ ਹੈ। ਅਤੇ ਇਸ ਕਰਕੇ ਜੇ ਅਗਰ ਮੈਂ ਕਿਸੇ ਹੋਰ ਭਾਸ਼ਾ 'ਚ ਕਰਨੀ ਹੈ ਤਾਂ ਕਿਉਂ ਨਾ ਮੈਂ ਆਪਣੀ ਪੰਜਾਬੀ ਦੇ ਵਿੱਚ ਹੀ ਕਰਾਂ ਅਗਰ ਮੈਂ ਕਿਸੇ ਭਾਸ਼ਾ 'ਚ ਹੀ ਕਰਨੀ ਹੈ ਮਾਸਟਰਸ 'ਤੇ। ਇਸ ਕਰਕੇ ਮੈਂ ਆਪਣੀ ਹੀ ਪੰਜਾਬੀ ਦੇ ਵਿੱਚ ਹੀ ਮਾਸਟਰਸ ਦਾ ਸੋਚਿਆ। ਕਿਉਂਕਿ ਬਿਲਕੁਲ ਅਕਸਰ ਦੇਖਿਆ ਜਾਂਦਾ ਕਿ ਅਸੀਂ ਕਿਸੇ ਚੀਜ਼ ਦੀ ਮੰਗ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਉਸ ਚੀਜ਼ ਦੇ ਅੰਦਰ ਖੁਦ ਆਪ ਪੂਰੇ ਹਾਂ। ਕਿ ਸਭ ਤੋਂ ਪਹਿਲਾਂ ਅਗਰ ਲਿਖਣ ਦੀ ਗੱਲ ਕਰੀਏ, ਬੋਲਣ ਦੀ ਗੱਲ ਕਰੀਏ, ਪਹਿਲਾਂ ਘਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਕਹਿੰਦੇ ਫਿਰ ਹੀ ਅਸੀਂ ਸਮਾਜ ਸੁਧਾਰ ਸਕਦੇ ਹਾਂ ਜਦੋਂ ਅਸੀਂ ਆਪਣਾ ਆਪ ਅਤੇ ਆਪਣਾ ਘਰ ਸੁਧਾਰੀਏ। ਤਾਂ ਤੁਸੀਂ ਸਭ ਤੋਂ ਛੋਟੇ ਹੋ, ਹੈ ਨਾ? ਅਤੇ ਇਹ ਤੁਹਾਡੇ ਸਾਰਿਆਂ ਦੇ ਉੱਪਰ ਕਦੀ ਕਦੀ ਹੁੰਦਾ ਵੀ ਜਿਵੇਂ ਮੇਰਾ ਅੱਜ ਮੂਡ ਨਹੀਂ ਹੈਗਾ, ਮੈਂ ਨਹੀਂ ਜਾਣਾ, ਵੀ ਮੈਂ ਅੱਜ ਗਾਉਣ ਦਾ ਮੇਰਾ ਮੂਡ ਨਹੀਂ ਹੈਗਾ, ਜਾਂ ਮੈਂ ਅੱਜ ਇਹ ਕੰਮ ਨਹੀਂ ਕਰਨਾ, ਜਿੱਦਾਂ ਤੁਹਾਡੀਆਂ ਵੱਡੀਆਂ ਭੈਣਾਂ ਕਹਿੰਦੀਆਂ ਨੇ, ਅਜਿਹਾ ਕਦੀ ਸਮਾਂ ਆਉਂਦਾ? ਹੋਇਆ ਬਹੁਤ ਵਾਰੀ, ਪਰ ਡਾਂਟ ਕੇ ਫਿਰ ਬਿਠਾ ਦਿੰਦੇ ਨੇ ਨਾਲ ਕਿ ਗਾਓ, ਐਵੇਂ ਨਹੀਂ ਕਰਨਾ ਚਾਹੀਦਾ, ਪੰਜਾਬੀ ਮਤਲਬ ਕੀਰਤਨ ਬੋਲਣਾ ਚਾਹੀਦਾ, ਐਵੇਂ ਨਹੀਂ ਕਰਨਾ ਚਾਹੀਦਾ। ਬਿਲਕੁਲ, ਕਿਉਂਕਿ ਪਤਾ ਕਿ ਛੋਟੇ ਨੇ, ਬਹੁਤ ਜ਼ਿਆਦਾ ਉਮਰ 'ਚ ਵੀ ਛੋਟੇ ਨੇ, ਪਰ ਫਿਰ ਵੀ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਤਾਂ ਇਹੀ ਸਾਡੇ ਮਾਪਿਆਂ ਦਾ ਵੀ ਫਰਜ਼ ਹੁੰਦਾ ਵੀ ਬੱਚਿਆਂ ਨੂੰ ਅਸੀਂ ਜਦੋਂ ਪੜ੍ਹਾਈ ਦੇ ਲਈ ਅਸੀਂ ਲਾਲਚ ਦਿੰਦੇ ਹਾਂ ਤਾਂ ਕਿਉਂ ਨਾ ਅਗਰ ਇਹ, ਕਿਉਂਕਿ ਸਮਾਂ ਹੀ ਕਲਯੁਗੀ ਸਮਾਂ ਹੈਗਾ ਅਤੇ ਬਹੁਤ ਸਾਰੀਆਂ ਬੱਚੇ ਨੂੰ ਇੱਧਰ ਦੇ ਪਾਸੇ ਲਾਉਣ ਦੇ ਲਈ ਮਾਂ ਪਿਓ ਨੂੰ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ, ਪਰ ਕਰਨਾ ਜ਼ਰੂਰ ਚਾਹੀਦਾ ਵਾ। ਅਤੇ ਤੁਹਾਨੂੰ ਕੀ ਲੱਗਦਾ ਵੀ ਹੁਣ ਨੌਜਵਾਨ ਪੀੜ੍ਹੀ ਨੂੰ ਕਿੱਦਾਂ ਇਸ ਪਾਸੇ ਵੱਲ ਨੂੰ ਤੋਰਨਾ ਚਾਹੀਦਾ ਜਾਂ ਕੀ ਸੇਧ ਹੋਣੀ ਚਾਹੀਦੀ ਪਹਿਲੀ? ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਰੋਲ ਇਸ ਚੀਜ਼ ਦੇ ਵਿੱਚ ਮਾਤਾ ਪਿਤਾ ਦਾ ਹੁੰਦਾ, ਘਰ ਵਾਲਿਆਂ ਦਾ ਹੁੰਦਾ। ਜੇ ਅਗਰ ਘਰ ਦੇ ਹੀ ਇਸ ਪਾਸੇ ਨਹੀਂ ਹੈਗੇ ਤਾਂ ਬੱਚਾ ਕਦੇ ਵੀ ਨਹੀਂ ਲੱਗ ਸਕਦਾ। ਅਤੇ ਦੂਜਾ ਰੋਲ ਫਰੈਂਡਸ਼ਿਪ ਜਿਹੜਾ ਸਾਡਾ ਫਰੈਂਡ ਸਰਕਲ ਹੁੰਦਾ ਉਹਦੇ ਵਿੱਚ ਹੁੰਦਾ। ਜੇ ਅਗਰ ਫਰੈਂਡ ਸਰਕਲ ਦੇ ਵਿੱਚ ਕੋਈ ਇੱਦਾਂ ਦਾ ਇਨਸਾਨ ਹੈਗਾ ਜਿਹੜਾ ਕਿ ਇਸ ਪਾਸੇ ਹੈਗਾ ਤਾਂ ਵੀ ਫਰੈਂਡ ਨੂੰ ਵੇਖ ਕੇ ਵੀ ਫਰੈਂਡ ਦਾ ਹੁੰਦਾ ਕਿ ਵੀ ਨਹੀਂ ਮੈਂ ਵੀ ਕੀਰਤਨ ਕਰਾਂ, ਮੈਂ ਵੀ ਕਰਾਂ। ਹੁਣ ਜਿੱਦਾਂ ਮੇਰੇ ਫਰੈਂਡਸ ਵੀ ਹੈਗੇ ਨੇ ਉਹਨਾਂ ਨੂੰ ਵੀ ਹੁੰਦਾ, ਲੇਕਿਨ ਫਿਰ ਵੀ ਇਨਸਾਨ ਨਹੀਂ ਕਰ ਪਾਉਂਦਾ ਕਿਉਂਕਿ ਉਹਨਾਂ ਦੇ ਘਰ ਦਾ ਹੀ ਮਾਹੌਲ ਇੱਦਾਂ ਦਾ ਨਹੀਂ ਹੁੰਦਾ। ਇਸ ਕਰਕੇ ਜ਼ਰੂਰੀ ਇਹ ਹੈਗਾ ਕਿ ਅਸੀਂ ਜਿਹੜੇ ਪੇਰੈਂਟਸ ਹੈਗੇ ਨੇ ਸਾਡੇ ਉਹ ਸਾਨੂੰ ਇਸ ਪਾਸੇ ਜ਼ਿਆਦਾ ਜੋੜਨ ਤਾਂ ਹੀ ਜੁੜ ਸਕਦਾ, ਨਹੀਂ ਤਾਂ ਮੈਨੂੰ ਨਹੀਂ ਲੱਗਦਾ। ਕਿਉਂ? ਕਿਉਂਕਿ ਜਿੱਦਾਂ ਆਪਾਂ ਦੇਖਦੇ ਹਾਂ ਨਾ ਕਿ ਅਕਸਰ ਹਰ ਇੱਕ, ਤੁਸੀਂ ਚਾਰੋ ਭੈਣਾਂ ਹੋ, ਕਿਸੇ ਦੀ ਚਾਰਾਂ ਜਾਣਿਆਂ ਦੀ ਸੋਚ ਮਿਲਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ। ਇਹ ਵੀ ਹੋ ਸਕਦਾ ਸੀ ਤੁਹਾਡਾ ਇੰਟਰਸਟ ਕਿਸੇ ਹੋਰ ਪਾਸੇ ਹੋ ਸਕਦਾ ਸੀ, ਤੁਹਾਡਾ ਹੋਰ ਪਾਸੇ ਹੋ ਸਕਦਾ ਸੀ, ਲੇਕਿਨ ਪਰਮਾਤਮਾ ਦੀ ਮਿਹਰ ਹੈ ਤੁਹਾਡੇ ਚਾਰਾਂ ਦੇ ਉੱਤੇ ਔਰ ਤੁਹਾਡੇ ਮਾਪਿਆਂ ਦਾ ਸਾਥ ਹੈ। ਇੰਨੀ ਸੋਹਣੀ ਗੁੜਤੀ, ਇੰਨੀ ਪੱਕੀ ਤੁਹਾਡੀ ਨੀਂਹ ਮਜ਼ਬੂਤ ਕੀਤੀ ਹੋਈ ਹੈ, ਜਿਹੜੇ ਤੁਸੀਂ ਚਾਰੇ ਇੱਕੋ ਟਰੈਕ 'ਤੇ ਚੱਲ ਰਹੇ ਹੋ, ਤਾਂ ਤੁਹਾਡੇ ਨਾਲ ਨਾਲ ਤੁਹਾਡੇ ਜਿਹੜੇ ਘਰ ਵਾਲੇ ਨੇ, ਤੁਹਾਡੇ ਮਾਪੇ ਨੇ, ਜਿਨ੍ਹਾਂ ਨੇ ਵੀ ਤੁਹਾਨੂੰ ਸਿਖਾਇਆ ਵਾ, ਉਹ ਸਾਰੇ ਹੀ ਵਧਾਈ ਦੇ ਪਾਤਰ ਨੇ। ਤਾਂ ਹੋਰ ਕੁਝ ਕੋਈ ਸੁਨੇਹਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ? ਸਾਡਾ ਇਹੀ ਸੁਨੇਹਾ ਕਿ ਪੰਜਾਬੀ ਨਾ ਵਿਸਾਰੋ, ਗੁਰਸਿੱਖੀ ਨਾ ਵਿਸਾਰੋ,
कीर्तन करो, पाठ करो, ते अपने बच्चों नू भी इस पासे जोड़ो, ते आप भी इस पासे जुड़े रहो। ते बिल्कुल तुसी जांदे जांदे साडे दर्शकां नू एक शब्द भी सुना दो आपदी सुरीली मिठी जी आवाज विच। बिन बोलिया सब किछ जानदा, बिन बोलिया सब किछ जानदा, किस आगे कीजे अरदास, किस आगे कीजे अरदास, बिन बोलिया सब किछ जानदा, बिन बोलिया सब किछ जानदा। बहुत बहुत धन्यवाद तुहाडा साडे दर्शकां नूं इन्नी सुरीली मिठी आवाज़ दे विच शब्द सुनाउण दे लई ते आपदे संबंधी जानकारी देण दे लई ते साडी नौजवान पीढ़ी नूं इन्नी वधिया सेध देण दे लई। ता दर्शको ये सन मेरे नाल बच्चियां जिन्हां ने अपने विरसे नूं अपनी सिक्खी नूं बाखूबी संभाल के रखिया, ते उम्मीद करदे आ जिहड़ी साडी नौजवान पीढ़ी आ जिहड़ी साडे विरसे नूं विसारदी जा रही आ उहनां नूं इहनां कोलों सेध लैणी वी बणदी आ। ਤਾਂ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।